ਆ ਤੇ ਕਰਾਕ ਕੋਠੀ ਦੇ ਫੋਟੋ ਲਾ ਰੱਖੀ ਆ ਮੂਸੇ ਵਾਲੇ ਦੀ ਹੈ ਨਾ। ਲਓ ਬਈ ਕਾਕੂ ਹੀਰਾ ਆਪਣਾ ਪਹੁੰਚ ਗਿਆ, ਬਹੁਤ ਵੇਟ ਕਰਾਈ ਇਹਨੇ ਬੰਦੇ ਨੇ। ਆ ਦੇਖੋ ਯਾਰ ਸਾਨੂੰ ਕਿੱਧਰ ਲੈ ਕੇ ਹੈਗਾ ਕਾਕੂ, ਪਾਣੀ ਵਿੱਚ ਦੀ। ਲਓ ਵੀ ਕਹਿੰਦੇ ਦਵਾਈ ਵਾਲਾ ਬੰਦਾ ਆਰਡਰ ਲੈ ਕੇ ਪਹੁੰਚ ਗਿਆ। ਦੇਖ ਇੱਧਰ ਬਸ ਲੜ ਲੱਗੀ ਹੋਏ, ਉਹ ਲੜ ਲੱਗੀ ਉਹ ਬਣ ਗਈ। ਹਾਂਜੀ ਕੀ ਹਾਲ ਚਾਲ ਹੈ ਦੋਸਤੋ, ਇੱਕ ਨਵੇਂ ਦਿਨ ਦੇ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਜੀ। ਅਤੇ ਸਵੇਰ ਦੇ ਵੱਜ ਗਏ ਨੇ 8, ਨਹਾ ਧੋ ਕੇ ਹੋ ਗਏ ਰੈਡੀ, ਮੌਸਮ ਜਮਾ ਠੰਡਾ ਹੋ ਰਿਹਾ, ਮੀਂਹ ਆਉਣ ਦਾ ਮਾਹੌਲ ਜਿਹਾ ਬਣਿਆ ਪਿਆ। ਅਤੇ ਅੱਜ ਆਪਾਂ ਨੇ ਜਾਣਾ ਮਾਨਸਾ ਆਪਣੇ ਮਿੱਤਰ ਦੀ, ਕੱਲ੍ਹ ਦੀ ਫਲਾਈਟ ਹੈ ਦੁਬਈ ਦੀ, ਅਤੇ ਉਹਨੇ ਫੋਨ ਕੀਤਾ ਸੀ ਕਹਿੰਦਾ ਮਿਲ ਕੇ ਜਾਓ, ਅਤੇ ਮਾਨਸਾ ਨੂੰ ਜਾ ਕੇ ਮਿਲਦੇ ਹਾਂ ਅਤੇ ਹੋਰ ਫਰੈਂਡ ਸਰਕਲ ਦੇ ਪਹੁੰਚਣਗੇ। ਅਤੇ ਆਜੋ ਕਰਦੇ ਹਾਂ ਬਲੌਗ ਦੀ ਸਟਾਰਟਿੰਗ, ਚੱਲਦੇ ਆਪਾਂ ਮਾਨਸਾ। ਆਹ ਦੇਖੋ ਜਮਾ ਮਾਹੌਲ ਮੀਂਹ ਵਾਲਾ ਹੋ ਗਿਆ, ਹਵਾ ਚੱਲ ਪਈ, ਮੇਲਾ ਤਾਂ ਜਾਂਦੇ ਜਾਂਦੇ ਮੀਂਹ ਆਊਗਾ ਮੈਨੂੰ। ਯਾਰ ਰੱਬ ਮੀਂਹ ਪਾਉਂਦਾ ਨੀਗਾ, ਨੇਰੀ ਤੇ ਨੇਰੀ ਆ, ਰੇਤਾ ਹੀ ਰੇਤਾ ਠਾਲ ਰੱਖਿਆ। ਦੇਖੋ ਆਪਾਂ ਜਾਣ ਲੱਗ ਰਿਹਾ ਰੇਟਿਆਂ ਤੋਂ ਬਲਾਡੇ ਨੂੰ। ਆਹ ਦੇਖੋ ਰੱਖ ਕੋਠੀ ਦੀ ਫੋਟੋ ਲਾ ਰੱਖੀ ਆ ਮੂਸੇ ਵਾਲੇ ਦੀ ਹੈ ਨਾ, ਕੋਠੀ ਵੀ ਟੋਪ ਦੀ ਹੈ ਪੂਰੀ। ਆਹ ਦੇਖੋ ਯਾਰ ਹੈ ਨਾ ਮੂਸੇ ਵਾਲੇ ਦੀ ਫੋਟੋ ਲਾ ਰੱਖੀ ਆ ਪੰਪ ਤੇ ਵੀ, ਉਹ ਸਾਹਮਣੇ ਦੇਖੋ। A few moments later. ਲਓ ਵੀ ਆਪਾਂ ਮਾਨਸਾ ਬੱਸ ਸਟੈਂਡ ਪਹੁੰਚ ਗਏ, ਅਤੇ ਇੱਥੇ ਇੱਕ ਮਿੱਤਰ ਦੀ ਵੇਟ ਕਰਦੇ ਆਪਾਂ, ਕਾਕੂ ਹੀਰੇ ਦੀ। ਉਹ ਬੱਸ ਚੜ੍ਹ ਕੇ ਆਉਂਦਾ, ਕਹਿੰਦਾ ਮੈਨੂੰ ਨਾਲ ਲੈ ਕੇ ਜਾਈਓ, ਅਤੇ ਉਹਨਾਂ ਟਾਈਮ ਆਪਾਂ ਕਰਦੇ ਹਾਂ ਵੇਟ। ਲਓ ਬਈ ਕਾਕੂ ਹੀਰਾ ਆਪਣਾ ਪਹੁੰਚ ਗਿਆ, ਬਹੁਤ ਵੇਟ ਕਰਾਈ ਇਹਨੇ ਬੰਦੇ ਨੇ, ਪੂਰੇ ਟਾਈਮ 'ਤੇ ਪਹੁੰਚਿਆ ਸਾਡੇ 11, ਚੱਲੀਏ ਹੁਣ। ਆਜੋ ਲੈ ਵੀ ਇਹ ਬੰਦਾ ਜਿਹੜਾ ਦੁਬਈ ਜਾਊਗਾ, ਇਹ ਆਪਾਂ ਨੂੰ ਲੈਣ ਵਾਸਤੇ ਆ ਬੱਸ ਸਟੈਂਡ ਕੋਲ, ਪਿੱਛੇ ਕਾਕੂ ਹੀਰਾ ਬਿਠਾ ਲਿਆ ਆਪਾਂ ਨੇ। ਹਾਂ ਹਾਂ ਕਿਤੇ ਬੰਦੇ ਭੁੱਲ ਜਾਂਦੇ ਨੇ ਬਾਹਰ ਜਾ ਕੇ। ਅੱਛਾ ਠੀਕ ਹੈ ਠੀਕ ਹੈ, ਨਾ ਨਾ ਵਧੀਆ ਵਧੀਆ ਗੱਲ ਹੈ। ਅਤੇ ਆਪਾਂ ਨੂੰ ਸਪੈਸ਼ਲ ਲੈਣ ਆਇਆ ਬੱਸ ਸਟੈਂਡ ਕੋਲੋਂ ਇਹ, ਅਤੇ ਹੁਣ ਚੱਲਦੇ ਇਹਦੇ ਪਿੱਛੇ ਆਪਾਂ। ਅੱਛਾ 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 ਓਕੇ। ਆਹ ਇੰਸਟੀਟਿਊਟ ਤੋਂ ਇਹਨੇ ਜਿਹੜਾ ਵੀਜ਼ਾ ਲਵਾਇਆ ਇਹਨੇ ਦੁਬਈ ਦਾ, ਭਰਾ ਨੇ ਆਪਣੇ ਨੇ, ਅਤੇ ਹੁਣ ਇਹ ਕਹਿੰਦਾ ਮੈਂ ਖਾਣ ਪੀਣ ਖਵਾ ਕੇ ਲਿਆਉਣਾ ਕੁਛ ਤੁਹਾਨੂੰ, ਅਤੇ ਕਹਿੰਦਾ ਇੱਧਰ ਚੱਲਦੇ ਹਾਂ ਆਪਾਂ ਬਾਜ਼ਾਰ 'ਚ। ਕਾਕੂ ਹੀਰਾ ਵੀ ਤਿਆਰ ਹੀ ਸੀ ਪਹਿਲਾਂ ਖਾਣ ਪੀਣ ਨੂੰ, ਤਾਂ ਇਹਦਾ ਮੂਹਰੇ ਰਹਿੰਦਾ, ਸਿਹਤ ਦੇਖੋ ਬੰਦੇ ਦੀ ਪਹਿਲਾਂ, ਠੀਕ ਹੈ। ਚਲੋ 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 ਆਹ ਦੇਖੋ ਯਾਰ ਸਾਨੂੰ ਕਿੱਧਰ ਲੈ ਕੇ ਹੈਗਾ ਕਾਕੂ, ਪਾਣੀ ਵਿੱਚ ਦੀ। ਕਿੱਧਰ ਲੋਕੇਸ਼ ਨਹੀਂ ਪਤਾ ਸਾਨੂੰ, ਉੱਧਰ ਦੀ ਆ ਦੇਖੋ ਟੋਬੇ ਵਰਗਾ ਪਾਣੀ ਪੈ ਜਾਵਾਂ। ਲੋ ਵੀ ਕਹਿੰਦੇ ਕਾਕੂ ਹੋਰ ਪਹੁੰਚ ਗਏ ਬਰਗਰ ਵਾਰ 'ਚ, ਹੈ ਹੈਲੋ ਫੂਡ ਵਾਲਿਆਂ ਦੇ, ਹੈਂ ਪਾਣੀਆਂ ਪੂਣੀਆਂ ਵੀ ਟਪਾ ਕੇ ਮਾਸਾ ਬਚਾਇਆ ਇਹਨੇ ਦਾ, ਹੈਂ ਚਲੋ। ਹੈਲੋ ਫੂਡ, ਹੈਲੋ ਫੂਡ ਕਾਕੂ, ਗਰਮੀ ਜ਼ਿਆਦੇ ਹੈ ਨਾ, ਅੱਜ ਪਾਰਟੀ ਲਵਾਂਗੇ ਦਵਾਈ ਵਾਲੇ ਤੋਂ ਆਪਾਂ। ਲੈ ਜੀ ਆਪਾਂ ਹੈਲੋ ਫੂਡ ਵਾਲੇ ਬੈਠੇ ਹਾਂ ਮਾਨਸਾ, ਅਤੇ ਔਡਰ ਦੇ ਰੱਖਿਆ ਹੈਗਾ ਤੂੰ, ਔਡਰ ਦੇ ਰੱਖਿਆ ਕੀ ਖਾਵੇ? ਪੀਜ਼ਾ। ਪੀਜ਼ਾ ਖਾਊਂਗਾ ਮੈਂ, ਅੱਜ ਦਵਾਈ ਵਾਲੇ ਤੋਂ ਔਡਰ ਕਰਵਾਇਆ ਆਪਾਂ ਨੇ, ਅੱਜ ਪਾਰਟੀ ਦੇ ਰਿਹਾ ਉਹ ਕਾਕੂ, ਕੱਲ੍ਹ ਨੂੰ ਉਹਦੀ ਹੈਗੀ ਆ ਫਲਾਈਟ। ਹਾਂ ਅਤੇ ਮਾਨਸਾ ਪਹੁੰਚੇ ਹੋਏ ਆਪਾਂ ਔਡਰ ਦੇ, ਕਿਊਆਰ ਕੱਲ੍ਹ ਦੇਵਾਂਗੇ ਕੋਈ ਨਾ, ਪਹਿਲਾਂ ਜੇ ਔਡਰ ਲਾਉਣ ਦੇ ਵੀ ਕੀ ਔਡਰ ਕਰਿਆ ਉਹਨੇ, ਅਤੇ ਆਪਣਾ ਭਰਾ ਕਾਲੇ ਵਾਲੀ ਮੰਡੀ ਤੋਂ ਪਹੁੰਚਿਆ ਹੋਇਆ ਨਾ। ਇੱਧਰ ਯਾਰ ਦੇਖੋ, ਇੱਧਰ ਬਰਗਰ ਦਰਬਾਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਫੋਟੋ, ਯਾਰ ਮਾਨਸਾ ਦੇ ਕਿਤੇ ਦੇਖ ਲਓ ਹਰ ਇੱਕ ਜਗ੍ਹਾ ਫੋਟੋ ਹੁੰਦੀ ਆ ਬਾਈ ਦੀ, ਹੈ ਨਾ, ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੀ। ਲਓ ਵੀ ਕਹਿੰਦੇ
ਦਵਾਈ ਵਾਲਾ ਬੰਦਾ ਆਰਡਰ ਲੈ ਕੇ ਪਹੁੰਚ ਗਿਆ, ਪੀਜ਼ਾ ਆਰਡਰ ਕਰਿਆ ਸੀ। ਕਿਉਂ ਕਾਕੂ ਤੂੰ ਪਹਿਲੀ ਕਹਿ ਰਹੇ ਸੀ ਮੈਂ ਪੀਜ਼ਾ ਖਾਊਂਗਾ, ਹੈ ਖਿੱਚ ਲਈ ਫੋਟੋ, ਖਿੱਚ ਲੈ ਖਿੱਚ ਲੈ ਖਿੱਚ ਲੈ ਜੀ। ਅੱਜ ਟੇਸਟ ਕਰਾਂਗੇ ਹੈਲੋ ਫੂਡ ਵਾਲਾ ਪੀਜ਼ਾ ਆਪਾਂ। ਕਿਉਂ ਕਾਕੂ ਇਹ ਕੀ ਚੀਜ਼ ਹੈ ਯਾਰ, ਲੱਗਦਾ ਇਹ ਲੱਗਦਾ ਹੈ ਜੇ ਬੀਅਰ ਹੈ ਨਾ, ਬੀਅਰ ਨਹੀਂ ਜੀ। ਅੱਛਾ ਨਾ ਕਾਕੂ ਦਾ ਚੌ ਚੜ ਗਿਆ ਜੀ, ਫਰੂਟ ਬੀਅਰ ਨਹੀਂ ਹੈਗੀ, ਬੀਅਰ ਹੈ ਦੂਜੀ। ਖਵਾ ਖੂ ਕੇ ਪੀਜ਼ਾ ਆ ਬਹਿ ਗਿਆ ਬਾਹਰ ਆ ਕੇ। ਕਿਉਂ ਓਕੇ ਹੁਣ ਪੂਰਾ ਖੁਸ਼ ਹੋ ਰਿਹਾ, ਹੁਣ ਵੀ ਕੱਲ ਨੂੰ ਟੱਪ ਜਾਣਾ ਹੈ। ਕਿੱਥੋਂ ਫਲਾਈਟ ਤੇਰੀ? ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਕਿੰਨੇ ਵਜੇ? ਕਾਕੂ ਖਾ ਖੂ ਕੇ ਪੀਜ਼ਾ ਗੇੜੇ ਖਾਂਦਾ ਸੀ। ਇਹ ਮੇਰਾ ਬੀਅਰ ਫਰੂਟ ਬੀਅਰ ਦਾ ਨਾ ਸ਼ੌਕ ਹੈ ਤੈਨੂੰ ਹਨਾ, ਓਏ ਸਰੀਰ ਵੀ ਹੱਟਾ ਕੱਟਾ ਹੈ, ਸਰੀਰ ਹੱਟਾ ਕੱਟਾ ਹੈਗਾ। ਚੰਗਾ ਬਾਈ ਓਕੇ, ਤੇ ਤੇਰਾ ਸਫ਼ਰ ਵਧੀਆ ਰਹੇ ਤੇ ਤੈਨੂੰ ਬਹੁਤ ਬਹੁਤ ਮੁਬਾਰਕਾਂ, ਠੀਕ ਹੈ? ਓਕੇ ਲਓ ਵੀ ਮਾਨਸਾ ਤੋਂ ਘਰ ਆ ਗਏ ਸੀ ਆਪਾਂ, ਤੇ ਰਸਤੇ 'ਚ ਬੁਲਾਟੇ ਆਪਾਂ ਨੂੰ ਮਿਲ ਗਿਆ ਸੀ ਮਾਮੇ ਦਾ ਮੁੰਡਾ, ਅਤੇ ਉਹਨੂੰ ਲੈ ਕੇ ਅਤੇ ਰਸਤੇ 'ਚ ਨਾਲੀ ਦਾ ਪਤਾ ਲੈ ਕੇ, ਅਤੇ ਉਦੋਂ ਬਾਅਦ ਆਪਾਂ ਆ ਗਏ ਹਾਂ ਪਿੰਡ, ਅਤੇ ਇਹ ਮੇਰੇ ਨਾਲ ਹੀ ਆ ਗਿਆ ਕਿਉਂਕਿ ਇਹਨੇ ਸਵੇਰੇ ਲੁਧਿਆਣੇ ਜਾਣਾ ਮਾਸੀ ਹੋਰ ਨਾਲ। ਮੈਂ ਕਿਹਾ ਚੱਲ ਸਵੇਰੇ ਇੱਥੇ ਵਗ ਜੀ, ਤਾਂ ਇਹਨੂੰ ਨਾਲ ਲੈ ਆਇਆ ਸੀ। ਅਤੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ, ਸਵੇਰ ਦੀ ਬਹੁਤ ਜ਼ਿਆਦਾ ਗਰਮੀ ਹੈ, ਅਤੇ ਹੁਣ ਚਾਹ ਚੂਹ ਪੀ ਕੇ ਗਰਮੀ 'ਚ ਉਸ ਤੋਂ ਮੂੜ ਕੇ ਜਾਣਾ, ਕਿਉਂਕਿ ਪਰਸੋਂ ਨੂੰ ਮੇਰੀ ਭਾਣ ਜੀ ਦਾ ਬਰਥਡੇ, ਉਹਦੇ ਲਈ ਗਿਫਟ ਗੁਫਟ ਲੈ ਕੇ ਆਵਾਂਗੇ, ਅਤੇ ਮੰਮੀ ਜਾਊਗੀ ਨਾਲ, ਚਾਹ ਪੀ ਕੇ ਚੱਲਦੇ ਆਪਾਂ। ਇਹ ਵੀ ਇਹ ਬੰਦੇ ਨੂੰ ਆਪਾਂ ਮੂਨ ਕੇ ਲੈ ਕੇ ਜਾ ਰਹੇ ਹਾਂ, ਚਾਹ ਚੂਹ ਪੀ ਕੇ ਨਹਾ ਨੂ ਕੇ ਹੋ ਗਿਆ ਰੈਡੀ। ਲੈ ਠੰਡਾ ਹੋ ਰਿਹਾ, ਮਾਰਾਂਗੇ ਕਾ ਬਹਿ ਜਾ ਮੀ, ਥਾਂ ਤਾਂ ਹੈਗੀ ਬਹਿ ਜਾ, ਨੇਰੀ ਆਉਣ ਨੂੰ ਹੋ ਰਹੀ ਹੈ, ਬਹਿ ਗਈ। ਲੈ ਵੀ ਆਪਾਂ ਕ੍ਰਿਸ਼ਨ ਵਾਲਿਆਂ ਦੇ ਪਹੁੰਚੇ ਹਾਂ, ਹਰੇ ਕ੍ਰਿਸ਼ਨ ਵਾਲੇ, ਇੱਥੇ ਦੇਖ ਲਿਆ ਤੈਨੂੰ ਵਾਸਤੇ ਕੱਪੜੇ, ਹਰੇ ਕ੍ਰਿਸ਼ਨ ਚੱਲ ਦਿਖਾਇਓ ਗਰਮੀ ਵਾਲੇ, ਚੌਵੀ ਨੇ ਤਾਂ ਜਾ ਬਲੈਕ ਦੇਖ ਲੈਣੀ, ਨਾ ਕੁਝ ਬੂੜਾ ਕੋਈ ਚਿੱਟੀ ਸ਼ਰਟ ਚ ਦਿਖਿਆ ਦੀ, ਚਿੱਟੀ ਸ਼ਰਟ ਕਸ਼ੂ ਤੂੰ ਤੈਨੂੰ ਤਾਂ ਹੀ ਲੈ ਕੇ ਆਇਆ ਵੀ, ਤੂੰ ਦੱਸ ਕੋਈ ਸਲਾਹ ਦੇ। ਵਾਈਟ ਚ ਤਾਂ ਨਹੀਂ ਹੋਣਾ, ਹੋਰ ਕਲਰ ਮਿਲ ਜਾਣਗੇ ਜੀ, ਜੀਨਸ ਕੈਪਰੀ ਨਾਲ ਆਣਗੇ ਫਿਰ ਤਾਂ, ਨਾਲ ਕੰਟਰੀ ਤਾਂ ਹੀ ਜੀ ਚਾਹੀਦੀ ਆ, ਉਹ ਜੀ ਨਾਲ ਹੀ ਤਾਂ ਬਾਤ, ਉਸ ਤਾਂ ਚਾਰ ਕਲਰ ਮਿਲ ਜਾਂਦੇ, ਕਿਹੜਾ ਮਾੜਾ ਹੈ? ਸਹੀ ਆ, ਨਿੱਕਾ ਦਿਖਾ ਵੀ, ਆ ਵੀ ਸੋਹਣੀ ਹੈ, ਆ ਹੀ ਦੇਖ ਲੈ ਵਧੀਆ ਪੀਲੇ ਰੰਗ ਵਾਲਾ ਹਨਾ ਕਸ਼, ਆ ਵੀ ਜਮੀ ਹਾਂ ਹੁਰਾ ਦੇ ਹਲਕਾ ਕੱਪੜੇ ਮਿਲ ਰਿਹਾ ਹੈ, ਮੈਂ ਰੰਗ ਦੇ ਨਹੀਂ ਹੁਣ ਤਾਂ ਕਿਹੜਾ, ਸਹੀ ਯਾਰ ਜਮੀ ਪਤਲੀ ਹੈ, ਬਾਹਰ ਫਿਰਦੀ ਹੈ ਮੱਛਰ ਨੂੰ, ਕਿਹੜਾ ਕੀ ਬਾਹਰ ਖੇਡਦੀ ਹੈ ਉਹ, ਉਹਨੂੰ ਬੜੀ ਲੈ ਲੈ, ਹੋਰ ਬੜੀ ਲੈ ਲੈ, ਲੈ ਪੈਰ ਰੱਖ ਲੈ।
ਨਾਰਮਲ ਜੇ ਰਵੇਂਗੀ ਤਾਂ ਘਰੇ ਬਣਾਉਣੀ ਆ। ਠੀਕ ਹੈ ਜੀ, ਕੋਈ ਹੋਰ ਦਿਖਾਉਣਾ ਹੋਰ ਲੈ ਲਓ। ਘਰੇ ਪਾਣੀਆਂ ਦੇ ਦੇ ਬਾਈ, ਓਏ ਸਾਇਜ਼ ਸਹੀ ਹੈ। ਡੈਡੀ ਵਾਸਤੇ ਲਏ ਦੋ ਸਮੋਸੇ ਆਪਾਂ ਨੇ, ਤੇ ਹੁਣ ਪਵਾ ਕੇ ਲਿਆਉਂਦੇ ਆ ਪੈਟਰੋਲ। ਇਸ ਤੋਂ ਬਾਅਦ ਲੈ ਫੜ ਲੈ। ਹਾਂ ਲੋ ਵੀ ਘਰੇ ਪਹੁੰਚ ਗਏ ਆਪਾਂ, ਤੇ ਇੱਕ ਤਾਂ ਇੱਧਰ ਇਹ ਮੰਮੀ ਲੈ ਕੇ ਆਈ ਹੈ ਚੱਪਲਾਂ ਆ ਰਹੀਆਂ, ਤੇ ਇੱਕ ਆ ਤੈਨੂੰ ਵਾਸਤੇ ਲੈ ਕੇ ਆਏ ਹਾਂ ਅਸੀਂ ਡਰੈਸ ਉਹਦਾ। ਲਓ ਵੀ ਘਰੋਂ ਕਰ ਕੁਰ ਕੇ ਕੰਮ, ਅਤੇ ਹੁਣ ਅਸੀਂ ਤੁਰੇ ਜਾਂਦੇ ਹਾਂ ਗੋਲ ਗੱਪੇ ਖਾਣ, ਕਿਉਂਕਿ ਸਾਡੇ ਲਾਗੇ ਹੀ ਇੱਧਰ ਛੋਟੀ ਭਟਾਲ, ਅਤੇ ਆਪਣਾ ਮਿੱਤਰ ਬਾਹਲੇ ਘੈਂਟ ਗੋਲ ਗੱਪੇ ਬਣਾਉਂਦਾ ਕਾਸ਼ੂ ਤੇਰੇ ਨੀਰਜ ਨਾਲ। ਉਹ ਵੀ ਦੇਖਦੇ ਇਹ ਕਹਿੰਦਾ ਦੇਖੂੰਗਾ ਜੱਟ ਅੱਜ ਵੀ ਕਿੰਨੇ ਕੁ ਖਵਾਵੇਗਾ, ਮਾਂ ਵੀ ਖਾ ਲਈ ਜਿੰਨੇ ਖਾ ਸਕਦੇ ਹੈ ਨਾ। ਮੈਨੂੰ ਕਿਹਾ ਦੀ ਮਾਂ ਤੇਰੇ ਬੰਦੇ ਲਵੇ ਲੈ ਕੇ ਜਾਂਦੇ, ਮੈਂ ਘੈਂਟ ਬਣਾਉਂਦਾ ਤੁਹਾਡੇ ਪਿੰਡ ਵਾਲੇ, ਇਹਨਾਂ ਦੇ ਪਿੰਡ ਵੀ ਇੱਕ ਕਿਸ਼ਨਗੜ੍ਹ। ਲੈ ਵੀ ਗੋਲ ਗੱਪੇ ਖਾ ਕੇ ਮੁੜਦੇ ਹੋਣੇ ਆਪਣੀ ਦੁਕਾਨ ਤੋਂ ਲੈ ਲਈ ਇੱਕ ਬਿਸਕੁਟ, ਅਤੇ ਇੱਕ ਦੋ ਘਰ ਦਾ ਸਮਾਨ ਦੀ ਸਾਬਣ ਹਸੂ ਬਣਾਈਆਂ। ਕਿਉਂ ਕਾਸ਼ ਕਿਵੇਂ ਲੱਗੇ? ਵਧੀਆ ਸੀ। ਇਹ ਪਹਿਲਾਂ ਤਾਂ ਕਹਿੰਦੇ ਕਹਿੰਦਾ ਮੈਨੂੰ ਵਧੀਆ ਨਹੀਂ ਲੱਗੇ ਗੇ, ਫਿਰ ਮਾਂ ਚੱਲ ਕਹਿੰਦਾ ਹੈਗੇ ਤੇ 100 ਚੋਂ 80% ਵਧੀਆ, ਅਤੇ ਘੱਟੋ ਘੱਟ ਮੈਨੂੰ ਲੱਗਦਾ ਅਸੀਂ 50-60 ਰੁਪਈਆਂ ਦੇ ਖਾਇਆ ਹੈ ਨਾ। ਹੁਣ ਚੱਲਦੇ ਹਾਂ ਵਾਪਸ ਘਰੇ ਆਪਾਂ। ਲਓ ਬਈ ਸ਼ਾਮ ਵਾਲੀ ਰੋਟੀ ਆ ਗਈ ਤਿਆਰ, ਮੂੰਗੀ ਦਾਲ ਨਾਲ ਖੀਰੇ ਅਤੇ ਗੰਢੇ ਵਾਲਾ ਸਲਾਦ, ਅਤੇ ਨਾਲ ਹੈਗੀ ਹੈ ਕੱਚੀ ਲੱਸੀ, ਅਤੇ ਖਾਂਦੇ ਹਾਂ ਰੋਟੀ। ਉਹ ਆ ਜਾ, ਉਹ ਹੱਥ ਧੋਣ ਵੱਗ ਗਿਆ ਹੁਣ ਟਾਈਮ 'ਤੇ। ਮੂੰਗੀ ਦਾਲ ਯਾਰ ਲਾਦੀ ਦਾ ਘੈਂਟ ਹੈ। ਪਹੁੰਚ ਗਿਆ ਸਾਡਾ ਬੰਦਾ, ਇਹਨੂੰ ਕਾਹਲੀ ਹੋਈ ਰੋਟੀ ਖਾ ਕੇ, ਅਸੀਂ ਦੂਜੇ ਘਰ ਜਾ ਕੇ ਆਉਣਾ ਮਾਸੀ ਕੇ ਘੰਟਾ।